ਅਸਲਾਮ ਅਲੈਕੁਮ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਕੀਲ ਪੰਜਾਬੀ ਅਤੇ ਸਾਡੇ ਤੇ ਪੈ ਸਰਾਇਕੀ ਮਜ਼ਾ। ਅੱਜ ਦੇ ਸਾਡੇ ਮਹਿਮਾਨ ਇਨ ਸੁਮੱਈਆ ਖਾਨ ਫੈਮਿਲੀ ਇਸ ਸੋਸ਼ਲ ਮੀਡੀਆ 'ਤੇ ਇਹਨਾਂ ਨਵਾਂ ਪੇਜ ਬਣਾਇਆ ਹੈ। ਇਹਨਾਂ ਦਾ ਅਸਾਂ ਅੱਜ ਇੰਟਰਵਿਊ ਕਰਨ ਆਏ ਹਾਂ, ਇਹਨਾਂ ਨਾਲ ਗੱਪ ਸ਼ੱਪ ਲਾਉਣ ਆਏ ਹਾਂ ਅਤੇ ਤੁਹਾਡੇ ਨਾਲ ਵੀ ਸ਼ੇਅਰ ਕਰੇ ਸੋ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿਵੇਂ ਹਾਲ ਹੈ? ਬਿਲਕੁਲ ਠੀਕ ਠਾਕ, ਠੀਕ ਠਾਕ। ਅੱਛਾ, ਸਭ ਤੋਂ ਪਹਿਲੇ ਸਭ ਦੱਸਿਆ ਸੋ, ਤੁਸੀਂ ਸੋਸ਼ਲ ਮੀਡੀਆ 'ਤੇ ਕਿਵੇਂ ਆਏ ਹੋਏ, ਤੁਹਾਡਾ ਸ਼ੌਕ ਹੈ ਜਾਂ ਤੁਹਾਡਾ ਕੋਈ ਵੀ ਆ ਮਕਸਦ ਹੈ? ਜੀ ਭਾਈ, ਸਾਡਾ ਬਿਲਕੁਲ ਸ਼ੌਕ ਹੈ ਜੀ। ਮੇਰਾ ਆਪਣਾ ਸ਼ੌਕ ਹੈ ਜੀ, ਅਤੇ ਬਾਕੀ ਅਸਾਂ ਆਪਣੇ ਹਾਲਾਤ ਸੈੱਟ ਕਰਨ ਵਾਸਤੇ ਆਏ ਹਾਂ, ਤਾਂ ਮੈਂ ਸੁਮੱਈਆ ਨਾਲ ਮਸ਼ਵਰਾ ਕੀਤਾ ਹੈ, ਤਾਂ ਸੁਮੱਈਆ ਤੁਹਾਡੇ ਕੋਲ ਬੋਲੀ ਸਹੀ ਸੀ। ਅੱਛਾ ਜੀ, ਹਾਂ। ਸਾਡੇ ਹਾਲਾਤ ਔਖੇ ਹਨ, ਤੋਂ ਬਾਅਦ ਅਸਾਂ ਸ਼ਾਇਦ ਇਹ ਬਣਾਉਣ ਤੋਂ ਬਾਅਦ ਹਾਲਾਤ ਸੈੱਟ ਥੀ ਵਜਨ, ਇਸ ਵਜ੍ਹਾ ਤੋਂ ਅਸਾਂ ਇਹ ਬਣਾਇਆ, ਅਤੇ ਫੈਮਿਲੀ ਵੀ ਸਾਨੂੰ ਨਹੀਂ ਆ ਲੈਂਦੀ। ਅੱਛਾ, ਮਤਲਬ ਫੈਮਿਲੀ ਦਾ ਰੱਦ ਅਮਲ ਆਇਆ ਗੁਰਦੁਆਰੇ? ਜੀ ਹਾਂ। ਅੱਛਾ, ਕੀ ਮੈਂ ਮਤਲਬ ਹੈ ਕਿ ਆ ਦਿਨ ਫੈਮਿਲੀ ਵਾਲੇ? ਸਾਡੀ ਫੈਮਿਲੀ ਇਸ ਕੰਮ ਵਿੱਚ ਰਾਜ਼ੀ ਨਹੀਂ ਬਿਲਕੁਲ। ਅੱਛਾ, ਸੁਆਦਿਆਂ ਨੇ ਇਸ ਪਲੇਟਫਾਰਮ ਦੇ ਪਸੰਦ ਆ ਨਾ? ਜੀ ਹਾਂ। ਤਾਂ ਸਾਰੇ ਮੁਖਾਲਿਫ ਹੈ। ਤਾਂ ਕੋਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸੀ? ਜੀ, ਮੇਰੇ ਘਰ ਵਾਲੇ ਵੀ ਮੈਂ ਛੋੜ ਗਿਆ। ਜੀ ਹਾਂ। ਉਹ ਵੀ ਨਹੀਂ ਆ ਲੈਂਦੇ। ਅੱਛਾ, ਤਾਂ ਉਹਨਾਂ ਨੂੰ ਤਾਂ ਪਤਾ ਕੋਈ ਨਹੀਂ ਨਾ ਕਿ ਇਸ ਦੇ ਕਿਤਨੇ ਫਾਇਦੇ ਹਨ ਜਾਂ ਕਿੱਥੇ ਦਾ ਅੱਗੂ ਤੇ ਅਸਾਂ ਤਾਂ ਆਪਣੇ ਹਾਲਾਤ ਸੈੱਟ ਕਰਨ ਵਾਸਤੇ ਕਿਤੇ ਅਸਾਂ ਕਿ ਚਲੋ ਕੋਈ ਨਹੀਂ ਆ ਲੈਂਦਾ ਤਾਂ ਨਾ ਲਾਵੇ। ਅਸਾਂ ਇਵੇਂ ਕਾਫੀ ਲੋਕ ਡਿੱਠੇ ਜਿਹੜਾ ਫੈਮਿਲੀ ਨਾਲ ਆਉਂਦੇ ਪੈਣ, ਕਾਫੀ ਮਸ਼ਹੂਰ ਹਨ, ਕਾਫੀ ਅਰਨਿੰਗ ਕਰਦੇ ਪੈ, ਉਹਨਾਂ ਤੇ ਤਾਂ ਲੋਕ ਤਨਕੀਦ ਨਹੀਂ ਕਰਦਾ। ਇਹਨਾਂ ਪਤਾ ਕੋਈ ਨਹੀਂ, ਤਨਕੀਦ ਫਿਲਹਾਲ ਤਾਂ ਕਰਦੇ ਪੈਣ। ਜੀ ਹਾਂ, ਬਾਕੀ ਬਾਤ ਅੱਲਾ ਖੈਰ ਕਰੇ ਸੀ। ਜੀ ਹਾਂ ਜੀ। ਤੇ ਸਾ ਲੋਕਾਂ ਦਾ ਕੀ ਰਿਸਪਾਂਸ ਹੈ, ਇਲਾਕੇ ਵਾਲਾਂ ਦਾ ਕੋਈ ਲੋਭਾ ਸ਼ੋਭਾ ਤੇ ਇਲਾਕੇ ਦੀ ਖਾਸ ਰਿਸਪਾਂਸ ਕੋਈ? ਅੱਛਾ ਜੀ, ਕਿਉਂ ਕਿਹੜੀ ਖਾਸ ਵਜ੍ਹਾ ਹੁੰਦੀ ਹੈ ਬਈ ਰਿਸਪਾਂਸ ਨਹੀਂ ਆਉਂਦਾ? ਪਤਾ ਨਹੀਂ, ਫਿਲਹਾਲ ਤਾਂ ਸਭ ਲੋਕ ਹਕਾਰਤ ਦੀ ਨਜ਼ਰ ਨਾਲ ਦੇਖਦੇ ਨੇ, ਮਤਲਬ ਜਿੱਥੇ ਮੈਂ ਨਾ ਜੀ ਹਾਂ ਤਾਂ ਜਿੱਥਾਂ ਵਧੇ ਹੁੰਦੇ ਆ। ਅੱਛਾ, ਤਾਂ ਆਪਣੇ ਮਤਲਬ ਖਾਨਦਾਨ ਦੇ ਲੋਕ ਵੀ ਜਿਹੜੇ ਉਹ ਵੀ ਇਵੇਂ ਦੇਖਦੇ ਨੇ। ਅੱਛਾ ਜੀ, ਤੁਹਾਨੂੰ ਕੀ ਫੀਲ ਥਿੰਦਾ ਜਿਹੜੇ ਲੋਕ ਇਵੇਂ ਗਾਲੀਆਂ ਕਰੇ ਰਹਿੰਦਾ? ਬਸ ਅਸਾਂ ਤਾਂ ਉਹਨਾਂ ਦੇ ਬਾਰੇ ਕਰਾਂ ਸੋਚਾਂ ਨਹੀਂ, ਅਸਾਂ ਆਪਣੇ ਲਾਈਫ ਜਿਉਣੀ ਹੈ ਆਪਣੇ ਤਰੀਕੇ ਨਾਲ, ਸਾਰੀ ਆਪਣੀ ਮਰਜ਼ੀ ਹੈ ਅਸਾਂ। ਆਪਣੀ ਲੋਕ ਸਿਰਫ ਤਨਕੀਦ ਹੀ ਕਰ ਸਕਦੇ ਨੇ, ਕਹਿੰਦੇ ਮਤਲਬ ਨਾ ਕੋਈ ਸਹਾਰਾ ਦੇ ਸਕਦੇ ਨੇ, ਨਾ ਕਹਿੰਦਾ ਹਾਲ ਪੁੱਛ ਸਕਦੇ ਨੇ। ਤੁਸੀਂ ਨਾ ਸਾਥ ਦੇ ਸੋ ਮੁਸਤਕਬਿਲੀ ਚ ਆ? ਜੀ ਬਿਲਕੁਲ, ਲੋਕਾਂ ਦੀ ਗਾਲੀਆਂ ਚਾਵੇ ਸੋ ਸਰ ਆਪ ਰਹਿਮਾਨ ਦਾ ਮਸ਼ਵਰਾ ਆਈ ਤੇ। ਅੱਛਾ ਜੀ, ਸ਼ੋਕ ਹੈ ਅਸਾਂ ਆਪਣੀ ਫੈਮਿਲੀ ਕੋ ਅਗਰ ਪਿੱਛੋ ਕੀਤਾ ਤਾਂ ਅਸਾਂ ਲੋਕਾਂ ਵਾਸਤੇ ਤਾਂ ਨਹੀਂ ਕਰਨਾ। ਹਾਂ, ਕਿਉਂਕਿ ਇਸ ਮਜਾ ਕੋ ਆਪਣੀ ਫੈਮਿਲੀ ਛੋੜ ਗਈ, ਆਪਣਾ ਮਾਂ ਪਿਓ ਛੋੜ ਗਿਆ, ਇਸ ਵਜ੍ਹਾ ਤੋਂ ਛੋੜ ਗਿਆ ਕਿ ਮਤਲਬ ਤੁਸੀਂ ਇਹ ਚੈਨਲ ਬੰਦ ਕਰ ਦਿਓ। ਜੀ ਹਾਂ, ਤਾਂ ਅਸਾਂ ਚੈਨਲ ਬੰਦ ਨਹੀਂ ਕੀਤਾ ਤਾਂ ਬਸ ਲੋਕਾਂ ਦੇ ਵਿੱਚ ਤਾਂ ਅਸਾਂ ਨਹੀਂ ਕਰਨ ਦੇਣਾ। ਨਹੀਂ ਕਰਨ ਦੇਣਾ। ਜੀ ਹਾਂ। ਅੱਛਾ, ਆਖਿਰ ਤੇ ਕੋਈ ਆਵਾਮ ਕੋ ਪੈਗਾਮ ਹੈ ਸੋਸ਼ਲ ਮੀਡੀਆ ਤੇ? ਆਵਾਮ ਕੋ ਪੈਗਾਮ ਦੇਸੋ ਕਿ ਇਹ ਬਹੁਤ ਅੱਛਾ ਪਲੇਟਫਾਰਮ ਹੈ, ਤਾਂ ਜਿੰਨੇ ਵੀ ਬੇਰੋਜ਼ਗਾਰ ਲੋਕ ਹਨ ਅਸਾਂ ਤੇ ਆਖਸੋ ਕਿ ਇਸ ਤੇ ਆ ਕੇ ਕੰਮ ਕਰੋ ਤਾਂ ਕਿ ਤੁਹਾਡੀ ਬੇਰੋਜ਼ਗਾਰੀ ਖਤਮ ਥੀਵੇ। ਬਾਈ ਇਹ ਪੈਗਾਮ ਹੈ ਸਾਡਾ। ਠੀਕ ਹੈ, ਤੁਸੀਂ ਆਏ ਸੁਮੱਈਆ ਖਾਨ ਐਂਡ ਫੈਮਿਲੀ ਦੇ ਪੇਜ ਕੋ ਸਪੋਰਟ ਵੀ ਕਰਨੀ, ਇਹਨਾਂ ਨਵਾਂ ਪੇਜ ਬਣਾਇਆ, ਵਿਜ਼ਿਟ ਵੀ ਕਰਨਾ ਹੈ। ਮੈਂ ਲਿੰਕ ਕਮੈਂਟਸ ਵਿੱਚ ਦੇ ਸਾਂ ਚਾ ਅਤੇ ਡਿਸਕ੍ਰਿਪਸ਼ਨ ਵਿੱਚ ਦੇ ਸਾਂ ਚਾ। ਇਹਨਾਂ ਦਾ ਇਹ ਨਵੇਂ ਸਾਰੇ ਇਲਾਕੇ ਦਾ ਟੈਲੈਂਟ ਹੈ, ਇਸ ਕੋ ਜ਼ਰੂਰ ਸਪੋਰਟ ਕਰਨਾ ਹੈ। ਇਨਸ਼ਾਅੱਲਾ ਅਗਲੇ ਵਲਾਗ 'ਤੇ ਮਿਲਸੂ। ਅੱਲਾ ਹਾਫਿਜ਼।